संसद मैंबर परनीत कौर अते कांग्रेसी प्रधान राजा वड़िंग पिछले कुछ दिनों तो विवादों विच घिरे हुए नज़र आ रहे हैं। मीडिया द्वारा पूछे गए सवालों के जवाब देंदिया परनीत कौर ने आख्या कि राजा वड़िंग नू किसी भी गल की टेंशन लेने की जरूरत नहीं है, पार्टी विच उन्हां दे भविख का फैसला करन दा हक सिर्फ कौमी प्रधान नू है अते राजा वड़िंग नू चिंता करन दी कोई जरूरत। राजा वड़िंग वल्लों 2024 दीआं चोणां लड़न बारे पुछे गए सवाल का जवाब देंदिआं महाराणी परनीत कौर ने भरोसा दवाया कि उन्हां दे परिवार विच्चों ही कोई एक व्यक्ति चोणां जरूर लड़ूगा। इस दौरान उन्हां दी बेटी उन्हां दे नाल अते पटियाला दे मेयर संजीव शर्मा बिट्टू शामिल सन। पत्रकारां नाल गल्लबात करदिआं संसद मैंबर परनीत कौर ने की कुछ आख्या, आओ तुहानू सुणाउंदे हां। देखो जो पटियाले की पब्लिक है, पब्लिक इंटरेस्ट के मामले लैके आए हैं, क्योंकि मेरे को कुछ दिनों तो बहुत ज़्यादा कंप्लेंट्स आ रही सी एज मैंबर पार्लियामेंट, और साढ़े एक एक जिहड़े इलेक्टेड रिप्रजेंटेटिव ने बाकी जो समाज सेवी ने इन्हां कोल लोग जा रहे ने, प्रॉब्लम्स आ रही ने, और सब तो एक जिहड़ी वड्डी प्रॉब्लम आई है वो हैगी है जिहड़ी इन्होंने 250 बिल्डिंग सील करतीआं ने शहर दे विच। उलंघना होईआं की होया की नहीं होया इस दे लई असी अपील कीती है कि तुसी एक रस्ता कढ़ो। हुण कुछ तां इन्होंने टाटीआं पिक एंड चूज करके खुंदकां दे विच, जिहदा असी टाइम दे उत्ते जवाब देवांगे, पर जिहड़ा उलंघना होई भी है ਤੁਸੀਂ ਸਾਰੇ ਸ਼ਹਿਰ ਨੂੰ ਤਾਂ ਢਾ ਨਹੀਂ ਸਕਦੇ। ਇੱਕ ਪਾਲਿਸੀ ਇਹੋ ਜਿਹੀ ਕੱਢੋ ਜਿਹਦੇ ਵਿੱਚ ਚਾਹੇ ਉਹਨਾਂ ਦੀ ਪੈਨਲਟੀ ਹੋਏ, ਜੇ ਕੋਈ ਛੋਟਾ ਜਿਹਾ ਉਲੰਘਣਾ ਹੋਏ ਥੋੜ੍ਹਾ ਜਿਹਾ ਉਹਨੂੰ ਤੁਸੀਂ ਢਾ ਕੇ ਠੀਕ ਵੀ ਹੋਰ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਸਾਰੀ ਦੀ ਸਾਰੀ ਬਿਲਡਿੰਗ ਸੀਲ ਕਰ ਦਿਓ, ਸਾਰੀ ਦੀ ਸਾਰੀ ਬਿਲਡਿੰਗ ਤੁਸੀਂ ਢਾ ਦਿਓ। ਅੱਗੇ ਕਰੋਨਾ ਦੇ ਟਾਈਮ ਦੇ ਲੋਕਾਂ ਨੇ ਬਹੁਤ ਸਫ਼ਰ ਕੀਤਾ, ਔਰ ਹੁਣ ਇਹ ਤਿਉਹਾਰਾਂ ਦਾ ਇੱਕ ਮਹੀਨਾ ਸੀ ਜਦ ਲੋਕਾਂ ਨੂੰ ਆਸ ਸੀ ਕਿ ਉਹ ਕੁਛ ਪੈਸੇ ਕਮਾ ਕੇ ਥੋੜ੍ਹੀ ਜਿਹੀ ਰੋਜ਼ੀ ਰੋਟੀ ਫਿਰ ਸ਼ੁਰੂ ਕਰੀਏ, ਪਰ ਜੇ ਉਹਨਾਂ ਦੀਆਂ ਬਿਲਡਿੰਗਾਂ ਹੀ ਸੀਲ ਨੇ ਤਾਂ ਉਹ ਕੰਮ ਨਹੀਂ ਹੋ ਸਕਦਾ। ਸੋ ਅਸੀਂ ਇਹ ਮੈਮੋਰੈਂਡਮ ਦਿੱਤਾ, ਮੈਂ ਆਪਣੇ ਵੱਲੋਂ ਦਿੱਤਾ, ਮੈਨੂੰ ਸਾਰਾ ਇਹ ਜੋ ਇਨਪੁੱਟ ਹੈ ਇਹ ਇੱਕ ਇੱਕ ਕਾਉਂਸਲਰ ਦੀ ਇੱਕ ਇੱਕ ਵਸਨੀਕ ਦੀ ਇਨਪੁੱਟ ਹੈ ਕਿ ਇਹ ਤੁਸੀਂ ਕਿਸੇ ਤਰ੍ਹਾਂ ਇਹਨਾਂ ਨੂੰ ਡੀਸੀਲ ਕਰੋ। ਅਸੀਂ ਇਹ ਨਹੀਂ ਚਾਹੁੰਦੇ ਕਿ ਪਿੱਕ ਐਂਡ ਚੂਜ਼ ਕਰਨ, ਕਿਸੇ ਪਾਰਟੀ ਦਾ ਹੋਏ, ਕਿਸੇ ਮਜ਼ਹਬ ਦਾ ਹੋਏ, ਕਿਤੇ ਵੀ ਹੋਏ, ਜਿਹਦੀ ਬਿਲਡਿੰਗ ਸੀਲ ਹੈ ਉਹਦੀ ਤੁਸੀਂ ਉਹਦਾ ਇਨਵਾਈਟ ਕਰਕੇ ਉਹਨੂੰ ਤੁਸੀਂ ਇਸ ਹਫ਼ਤੇ ਦੇ ਅੰਦਰ ਅੰਦਰ ਡੀਸੀਲ ਕਰੋ ਔਰ ਲੋਕਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਦਿਓ। ਮੈਂ ਇੱਕ ਤੁਸੀਂ ਕਿਹਾ ਸੀਗਾ ਕਿ ਰਜਿੰਦਰਾ ਲੇਕ ਤੇ ਕਮਲ ਦੇ ਫੁੱਲ ਖਿੜ ਰਹੇ ਆ, ਕੀ ਸਮਝਿਆ ਜਾਵੇ ਇਸ ਤੋਂ? ਤੁਸੀਂ ਕਿਹਾ ਵੀ ਕੁਛ ਨਹੀਂ, ਜੋ ਅਸਲੀਅਤ ਆ ਉਹੀ ਸਮਝਿਆ ਜਾਏ, ਜਾ ਕੇ ਦੇਖ ਲਓ ਤੁਸੀਂ ਜੀ। ਕੱਲ ਰਾਜ ਜੇ ਮੈਂ ਕਹਾਂ ਜੇ ਉਹਦੇ ਵਿੱਚ ਸਿੰਗਾੜੇ ਦੇ ਫੁੱਲ ਹੁੰਦੇ ਤਾਂ ਮੈਂ ਸਿੰਗਾੜੇ ਦੇ ਫੁੱਲ ਕਹਿ ਦੇਣਾ। ਨਹੀਂ, ਤੁਸੀਂ ਭਵਿੱਖ ਕਹਿ ਸਕਦੇ ਕਿ ਆਉਣ ਵਾਲਾ ਭਵਿੱਖ ਹੈ ਜਿਹੜਾ ਉਹ ਕਮਲ ਵੱਲ ਜਾ ਰਿਹਾ, ਆਉਣ ਵਾਲਾ ਭਵਿੱਖ ਹੈ ਜੋ ਪਟਿਆਲਾ। ਮੈਂ ਕਿਹਾ ਪਤਾ ਨਹੀਂ ਇਹ ਹੈ ਕਿ ਨਹੀਂ ਜੀ ਜੀ, ਇਹ ਤਾਂ ਤੁਸੀਂ ਕਹਿ ਰਹੇ ਹੋ ਜੀ। ਮੈਡਮ, ਇੱਕ ਰਾਜਾ ਵੜਿੰਗ ਜੀ ਨੇ ਕੱਲ ਜੋ ਮਹਿਲਾ ਵੱਲ ਵੱਡੇ ਸ਼ਬਦੀ ਹਮਲੇ ਕੀਤੇ ਗਏ, ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਮਤਾ ਲੈ ਕੇ ਆਏ ਆ, ਜੋ ਪਰਨੀਤ ਕੌਰ ਨੇ ਉਹ ਪਾਰਟੀ ਦਾ ਹਿੱਸਾ, ਅੱਜ ਦਾ ਮੁੱਦਾ ਕਾਰਪੋਰੇਸ਼ਨ ਦੇ ਕੰਮਾਂ ਤੇ ਰੱਖੋ। ਦੇਖੋ ਸਾਡੇ, ਤੁਸੀਂ ਉਰੇ ਆਏ ਹੋ, ਸਾਨੂੰ ਪਹਿਲਾਂ ਕਾਰਪੋਰੇਸ਼ਨ ਦਾ ਜਵਾਬ ਜ਼ਰੂਰੀ ਹੈ। ਸਵਾਲ ਬਾਅਦ ਚੋਂ ਕਰ ਲੈਣਾ। ਦੇਖੋ, ਇਹ ਜਿਹੜਾ ਮੁੱਦਾ ਹੈ ਨਾ ਜੀ, ਇਹ ਕਾਂਗਰਸ ਪ੍ਰੈਜ਼ੀਡੈਂਟ ਦਾ ਮੁੱਦਾ ਜੀ, ਨਾ ਇਹ ਰਾਜਾ ਵੜਿੰਗ ਦਾ ਮੁੱਦਾ। ਜੋ ਕਾਂਗਰਸ ਪ੍ਰੈਜ਼ੀਡੈਂਟ ਡਿਸਾਈਡ ਕਰੂਗੀ ਸਿਰ ਮੱਥੇ ਤੇ। ਮਹਾਰਾਜ ਸਾਹਿਬ, ਇਹ ਬਿਲਡਿੰਗਾਂ ਵੈਸੇ ਬਣਨ ਕਿਉਂ ਦਿੱਤੀਆਂ ਗਈਆਂ ਜਦੋਂ ਉਹਨਾਂ ਨੂੰ ਲੱਗਦਾ ਕਿ ਵਾਇਲੇਸ਼ਨ ਸੀ? ਉਸੇ ਟਾਈਮ ਬਿਲਕੁਲ, ਉਸੇ ਟਾਈਮ ਉਹ ਗਲਤੀ ਹੈ, ਪਰ ਦੋ ਗਲਤੀਆਂ ਇੱਕ ਸਹੀ ਨਹੀਂ ਬਣਾ ਸਕਦੀਆਂ। ਜਿਹੜੀ ਗਲਤੀ ਹੋ ਗਈ ਉਹ ਅਸੀਂ ਮੰਨਦੇ ਨਹੀਂ। ਉਹਨਾਂ ਨੇ ਕਿਹਾ ਕਿ ਕਰਨਗੇ ਕਈ ਗੱਲਾਂ ਦੇ ਉੱਤੇ, ਉਹਨਾਂ ਨੇ ਦੱਸਿਆ ਕਿ ਟੈਂਡਰ ਪਾਸ ਹੋ ਗਏ ਨੇ, ਹੈ ਡੇਅਰੀ ਦਾ, ਖਾਸ ਕਰਕੇ ਡੇਅਰੀ ਦਾ ਕੀਤਾ ਸੀ, ਔਰ ਜਿਹੜੇ ਔਨਗੋਇੰਗ ਪ੍ਰੋਜੈਕਟਸ ਨੇ, ਜਿਹੜੀਆਂ ਸੜਕਾਂ ਪੋਰਟਹੋਲਸ ਨੇ, ਖੱਡੇ ਬਣੇ ਹੋਏ ਨੇ, ਉਹਨਾਂ ਦਾ ਉਹਨਾਂ ਨੇ ਕਿਹਾ ਸੀ ਕਿ ਜਦ ਇਹ ਮੀਂਹ ਦਾ ਮੌਸਮ ਖਤਮ ਹੋ ਜਾਊਗਾ ਟੈਂਡਰ ਲੱਗੇ ਹੋਏ ਹੋ ਜਾਣਗੇ। ਬਾਕੀ ਦਾ ਵੀ ਸਾਨੂੰ ਦੱਸਿਆ ਸੀ, ਉਹਨਾਂ ਨੂੰ ਕਿਹਾ ਸਾਨੂੰ ਟਾਈਮ ਬਾਊਂਡ ਤੁਸੀਂ ਦੱਸ ਦਿਓ। ਕਈ ਚੀਜ਼ਾਂ ਕਹਿੰਦੇ ਇਨ ਦ ਪ੍ਰੋਸੈਸ ਹੈਗੀਆਂ ਨੇ, ਆਪਾਂ ਦੇਖਦੇ ਹਾਂ ਹਫ਼ਤਾ 10 ਦਿਨ ਕੀ ਕਰਦਾ ਕੀ ਨਹੀਂ ਕਰਦਾ। ਉਹਨੇ ਆਏ ਕਿ ਪਿਕ ਐਂਡ ਚੂਜ਼ ਦੀ ਪਾਲਿਸੀ ਵਰਤੀ ਜਾ ਰਹੀ ਹੈ, ਮਤਲਬ ਕਿ ਰਾਜਨੀਤੀ ਜਿਹੜੀ ਹੈ ਬਦਲਾਖੋਰੀ ਦੀ ਹੋ ਰਹੀ ਹੈ। ਬਿਲਕੁਲ ਹੋ ਰਹੀ ਹੈ ਬਦਲਾਖੋਰੀ ਦੀ ਜੀ,
और ये भगवंत मान जी ने कहा थी मैं बदलाखोरी दी नहीं करन देना तो अपने एमएलए ना दे उत्ते ता चेक ता रखन थोड़ा ਜਿਹੜੇ ਇਹਨਾਂ ਦੇ ਲੋਕਾਂ ਦੇ ਉੱਤੇ ਵੀ ਇਲਜ਼ਾਮ ਲੱਗ ਰਹੇ ਜੀ ਹਾਂਜੀ ਜਿਹੜੇ ਇਹਨਾਂ ਦੇ ਲੋਕਾਂ ਦੇ ਉੱਪਰ ਵੀ ਇਲਜ਼ਾਮ ਲੱਗ ਰਹੇ ਰਿਸ਼ਵਤ ਦੇ ਇਸ ਤਰ੍ਹਾਂ ਕਿ ਸਾਰੀਆਂ ਚਲੋ ਉਹ ਤਾਂ ਇਹ ਇਹਨਾਂ ਦਾ ਹੈ ਇੱਕ ਨੂੰ ਛਾਂਗਦਾ ਦੂਜਿਆਂ ਦਾ ਪਤਾ ਕਰਕੇ ਦੇਖ ਲੈਣ ਕਿ ਸਹੀ ਕੀਤਾ ਨਹੀਂ ਕੀਤਾ ਉਹਦੇ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਮ ਜਿਵੇਂ ਤੁਸੀਂ ਡੈਰੀ ਪ੍ਰੋਜੈਕਟ ਦੀ ਗੱਲ ਕੀਤੀ ਹੈ ਡੈਰੀ ਪ੍ਰੋਜੈਕਟ ਨਹੀਂ ਛੋਟੀ ਨਦੀ ਵੱਡੀ ਨਦੀ ਦਾ ਇੱਕ ਤੁਹਾਡੇ ਵੱਲੋਂ ਪ੍ਰੋਜੈਕਟ ਪਾਸ ਕੀਤਾ ਗਿਆ ਸੀਗਾ ਕਾਂਗਰਸ ਸਮੇਂ ਉਹ ਵੀ ਮੈਂ ਗੱਲ ਕੀਤੀ ਹੈ ਜੀ ਉਹ ਬੱਸ ਸਟੈਂਡ ਦਾ ਮੁੱਦਾ ਹੈ ਜੀ ਬੱਸ ਸਟੈਂਡ ਵੀ ਦੇਖੋ ਤੁਸੀਂ ਪਾਕ ਹੋਟਲ ਨੇੜੇ ਪਾਕ ਹਸਪੀਟਲ ਕਿੰਨੀ ਜਲਦੀ ਬਣ ਗਿਆ ਬੱਸ ਸਟੈਂਡ ਹੱਲੇ ਤੱਕ ਹੀ ਹੌਲੀ 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 ਪਤਾ ਨਹੀਂ ਜਦ ਵੀ ਪੁੱਛੀਦਾ ਕਹਿੰਦੇ ਜੀ ਔਨ ਟਾਰਗੇਟ ਹੈ ਬੜੀ ਨਦੀ ਦਾ ਕਹਿੰਦੇ ਹੁਣ ਥੋੜਾ ਜਿਹਾ ਰੁਕਿਆ ਹੋਇਆ ਸੀ ਮੀਆਂ ਦੇ ਕਰਕੇ ਤਾਂ ਹੁਣ ਫਿਰ ਸ਼ੁਰੂ ਹੋ ਜਾਊਗਾ ਤੁਸੀਂ ਜੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਪੀ ਡੀ ਏ ਚ ਵੀ ਰੱਖਿਆ ਔਰ ਭਗਵੰਤ ਮਾਨ ਜੀ ਨੇ ਇਹ ਕਿਹਾ ਸੀ ਸੀ ਐਮ ਸਾਹਿਬ ਨੇ ਕਿ ਇਹ ਬਿਲਕੁਲ ਗਲਤ ਹੈ ਕਿ ਡੇਅਰੀਆਂ ਅੰਦਰ ਹੋਣ ਵਰਲਡ ਸਿਟੀ ਤਾਂ ਖਾਸ ਕਰਕੇ ਰਹਿਣੀ ਚਾਹੀਦੀ ਹੈ ਕਿਉਂਕਿ ਹੁਣ ਸਾਰੇ ਨਾਲੇ ਕਵਰ ਹੋ ਗਏ ਨੇ ਉਹਨਾਂ ਦੀ ਸਫਾਈ ਇੰਨੀ 15 crore ਕਿੰਨੇ ਕਰੋੜ ਤੋਂ ਹੋਈ 15 crore ਲੱਗੇ ਸੀ ਉਹਦੀ ਸਫਾਈ ਦੇ ਉੱਤੇ ਮੈਮ ਸਰਕਾਰਾਂ ਦੇ ਬਦਲਾਅ ਤੋਂ ਬਾਹਰ ਕਾਫਟ ਆ ਰਹੀਆਂ ਨੇ ਸਾਰੇ ਕੰਮਾਂ ਦੇ ਵਿੱਚ ਬਿਲਕੁਲ ਮੇਰੇ ਸਾਹਮਣੇ ਸਰਕਾਰੀ ਮਸ਼ੀਨਰੀ ਤੇ ਜਿਹੜਾ ਹੈ ਇੱਕ ਵਾਰ ਇਲਜ਼ਾਮ ਲਗਾ ਕੇ ਸਰਕਾਰੀ ਜਿਹੜੇ ਨੁਮਾਇੰਦੇ ਨੇ ਉਹ ਕੰਮ ਨਹੀਂ ਹੋਣ ਦਿੰਦੇ ਇਸ ਤੇ ਆਪਣੇ ਵੱਲੋਂ ਕਰਦੇ ਆ ਇਸ ਤੇ ਤੁਸੀਂ ਕੋਈ ਐਕਸ਼ਨ ਲੈ ਰਹੇ ਹੋ ਜੀ ਮੈਂ ਕੀ ਐਕਸ਼ਨ ਲਊਗੀ ਮੇਰੀ ਤਾਂ ਸਰਕਾਰ ਐਕਸ਼ਨ ਵਾਸਤੇ ਤਾਂ ਆਇਆ ਜੀ ਐਕਸ਼ਨ ਲੈਣ ਵਾਸਤੇ ਆਇਆ ਐਕਸ਼ਨ ਭਗਵੰਤ ਮਾਨ ਜੀ ਲੈਣ ਇਹਨਾਂ ਦੇ ਮਿਨਿਸਟਰ ਲੈਣ ਇਹਨਾਂ ਦੇ ਐਮਐਲਏ ਲੈਣ ਪਹਿਲਾਂ ਚੰਨੀ ਸਾਹਿਬ ਕੋਲ ਵੀ ਇਸੇ ਵਾਸਤੇ ਗਏ ਸੀਗੇ ਜਿਵੇਂ ਕਿ ਤੁਸੀਂ ਸੁਣੀ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪਟਿਆਲਾ ਦੇ ਸੰਸਦ ਮੈਂਬਰ ਪਰਨੀਤ ਕੌਰ ਨੇ ਪਟਿਆਲਾ ਦੇ ਕਾਰੋਬਾਰੀ ਖਿਲਾਫ ਸਿਆਸਤ ਤੋਂ ਪ੍ਰੇਰਿਤ ਬਦਲਾਖੋਰੀ ਦੀ ਕਾਰਵਾਈ ਦਾ ਮੁੱਦਾ ਉਠਾਇਆ ਇਸ ਸੰਬੰਧੀ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਪਰਨੀਤ ਕੌਰ ਨੇ ਮੰਗ ਪੱਤਰ ਸੌਂਪਿਆ ਨਗਰ ਨਿਗਮ ਪਟਿਆਲਾ ਵੱਲੋਂ ਵਪਾਰੀ ਭਾਈਚਾਰੇ ਖਿਲਾਫ ਰਾਜਨੀਤੀ ਤੋਂ ਪ੍ਰੇਰਿਤ ਜ਼ਬਰਦਸਤੀ ਕਾਰਵਾਈ ਦੀ ਮੈਂ ਪ੍ਰਜੋਰ ਨਿਰਪੇਖੀ ਕਰਦੀ ਹਾਂ ਪਟਿਆਲਾ ਐਮਪੀ ਨੇ ਕਿਹਾ ਡੈਰੀ ਸ਼ਿਫਟਿੰਗ ਪ੍ਰੋਜੈਕਟ ਦੇ ਮੁਕੰਮਲ ਹੋਣ ਵਿੱਚ ਦੇਰੀ ਸਵਸਥਾ ਦਰਜਾਬੰਦੀ ਵਿੱਚ ਭਾਰੀ ਗਿਰਾਵਟ ਸਟਰੀਟ ਲਾਈਟਾਂ ਦੀ ਘਾਟ ਦਾ ਮੁੱਦਾ ਵੀ ਉਠਾਇਆ ਸਾਬਕਾ ਵਿਦੇਸ਼ੀ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਅੱਜ ਪਟਿਆਲਾ ਪ੍ਰਸ਼ਾਸਨ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਵਿਰੋਧੀ ਸਿਆਸੀ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਵਪਾਰੀ ਭਾਈਚਾਰੇ ਦੇ ਵੱਖ ਵੱਖ ਮੈਂਬਰ ਖਿਲਾਫ਼ ਸਿਆਸੀ ਤੌਰ 'ਤੇ ਪ੍ਰੇਰਿਤ ਜ਼ਬਰਦਸਤੀ ਕਾਰਵਾਈ ਕਰ ਰਿਹਾ ਹੈ ਸੰਸਦ ਪਰਨੀਤ ਕੌਰ ਨੇ ਪਟਿਆਲਾ ਦੇ ਮੇਅਰ ਅਤੇ ਕੌਂਸਲਰਾਂ ਨਾਲ ਮਿਲ ਕੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਸੱਤਾਧਾਰੀ ਧਿਰ ਦੇ ਇਸ਼ਾਰਿਆਂ 'ਤੇ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਨਾਲ ਕਾਰਵਾਈ ਨੂੰ ਉਜਾਗਰ ਕੀਤਾ ਗਿਆ ਜਿਸ ਤਹਿਤ ਉਹਨਾਂ ਨੇ 250 ਦੇ ਕਰੀਬ ਵਪਾਰਕ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਅਤੇ ਸੁਣਨ ਲਈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਰੋਜ਼ਾਨਾ ਲੋਕਨਾਥ ਟੀਵੀ